ਅਧਿਆਪਕ ਸਾਥੀਓ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਸਕੂਲ ਨਿਊਜ਼ 'ਤੇ। ਤਾਂ ਅਧਿਆਪਕ ਸਾਥੀਓ, ਪਹਿਲੇ ਆਪਾਂ ਵੀਡੀਓ ਬਣਾਈ ਸੀ ਜਿਹਦੇ 'ਚ ਥਰਡ ਤੋਂ ਲੈ ਕੇ ਫਿਫਥ ਕਲਾਸ ਦੀ ਜਿਹੜੀ CPT ਐਗਜ਼ਾਮ ਦੀ ਆਨਸਰ ਕੀ ਜਾਰੀ ਹੋਈ ਸੀ, ਅਤੇ ਹੁਣ ਜਿਹੜੀ ਹੈ ਸਿਕਸ ਕਲਾਸ ਤੋਂ ਲੈ ਕੇ ਟੈਂਥ ਕਲਾਸ ਦੀ ਜਿਹੜੀ ਅਫੀਸ਼ੀਅਲ ਆਨਸਰ ਕੀ ਹੈ ਉਹ ਜਾਰੀ ਹੋ ਚੁੱਕੀ ਹੈ। ਅਤੇ ਸਿਕਸ ਕਲਾਸ ਤੋਂ ਲੈ ਕੇ ਟੈਂਥ ਤੱਕ ਦੀ ਜਿਹੜੀ ਆਨਸਰ ਕੀ ਹੈ ਉਹ ਹੁਣ ਜਾਰੀ ਹੋ ਚੁੱਕੀ ਹੈ। ਪਹਿਲੇ ਅਨਅਫੀਸ਼ੀਅਲ ਸੀ, ਜਿਹੜੀਆਂ ਟੀਚਰ ਸਾਹਿਬਾਨ ਵੱਲੋਂ ਆਪਣੇ ਲੈਵਲ 'ਤੇ ਚੈੱਕ ਕਰਕੇ ਬਣਾ ਕੇ ਗਰੁੱਪਾਂ ਦੇ ਵਿੱਚ ਸ਼ੇਅਰ ਕੀਤੀਆਂ ਜਾ ਰਹੀਆਂ ਸੀ, ਪਰ ਹੁਣ ਜਿਹੜੀ ਅਫੀਸ਼ੀਅਲ ਤੌਰ 'ਤੇ ਈਮੇਲ ID ਦੇ ਸਕੂਲਾਂ 'ਤੇ ਜਿਹੜੀ ਉਹ ਭੇਜ ਦਿੱਤੀਆਂ ਗਈਆਂ ਨੇ ਆਨਸਰ ਕੀ, ਅਤੇ ਆਨਸਰ ਕੀ ਜਿਹੜੀਆਂ ਟੈਲੀਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਗਈਆਂ ਨੇ, ਅਤੇ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ। ਤੁਸੀਂ ਉੱਥੋਂ ਜੁਆਇਨ ਕਰਕੇ ਅਤੇ ਆਪਣੀ 6ਵੀਂ, 7ਵੀਂ, 8ਵੀਂ, 9ਵੀਂ, 10ਵੀਂ ਕਲਾਸ ਦੀਆਂ ਜਿਹੜੀਆਂ ਆਨਸਰ ਕੀ ਲੈ ਸਕਦੇ ਹੋ, ਅਤੇ ਆਪਣੀ ਈਮੇਲ ID 'ਤੇ ਵੀ ਤੁਸੀਂ ਲੈ ਸਕਦੇ ਹੋ। ਮੇਨ ਗੱਲ ਇਹ ਹੈ ਵੀ OMR ਸ਼ੀਟ ਨੂੰ ਚੈੱਕ ਕਿਵੇਂ ਕਰਨਾ, ਕਿਉਂਕਿ ਜੋ ਇੱਕ ਰੂਟੀਨ ਹੈ ਅਧਿਆਪਕ ਦਾ ਪੇਪਰ ਚੈੱਕ ਕਰਨ ਦਾ ਉਹ ਅਲੱਗ ਹੈ, ਅਤੇ OMR ਸ਼ੀਟ ਨੂੰ ਜੋ ਇੰਸਟਰਕਸ਼ਨ DRC ਜਾਂ BRC ਵੱਲੋਂ ਦਿੱਤੀਆਂ ਗਈਆਂ ਨੇ ਉਹਨਾਂ ਦੇ ਤੌਰ 'ਤੇ ਜਿਹੜਾ ਕਿੱਦਾਂ ਚੈੱਕ ਕਰਨਾ ਉਹ ਚੀਜ਼ ਆਪਾਂ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ। ਉਹ ਚੀਜ਼ ਇੰਪੋਰਟੈਂਟ ਹੈ ਕਿਉਂਕਿ OMR ਸ਼ੀਟ ਚੈੱਕ ਕਰਦੇ ਸਮੇਂ ਜਿਹੜੀ ਆਪਾਂ ਗਲਤੀ ਉਹ ਬਿਲਕੁਲ ਨਹੀਂ ਕਰਨੀ, ਕਿਉਂਕਿ ਜੇ ਉਹਦੇ ਵਿੱਚ ਗਲਤੀ ਹੁੰਦੀ ਹੈ ਤਾਂ ਕਿਉਂਕਿ ਫਿਰ OMR ਸ਼ੀਟ ਦਾ ਰਿਕਾਰਡ ਸਾਂਭ ਕੇ ਰੱਖਿਆ ਜਾਣਾ ਅਤੇ ਟੀਮਾਂ ਦੁਆਰਾ ਜਿਹੜੀ ਇਹ ਚੈਕਿੰਗ ਕੀਤੀ ਜਾਣੀ ਆ। ਅਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਵੀ OMR ਸ਼ੀਟ ਦੇ ਵਿੱਚ ਕੀ ਚੈਕਿੰਗ ਕਰਨ ਲੱਗੇ, ਗਲਤੀ ਨਹੀਂ ਕਰਨੀ ਅਤੇ ਕਿਸ ਤਰੀਕੇ ਨਾਲ ਉਸਨੂੰ ਚੈੱਕ ਕਰਕੇ ਜਿਹੜੇ ਨੰਬਰ ਕਾਊਂਟ ਕਰਨੇ ਆ। ਪਹਿਲੇ ਆਪਾਂ ਤੁਹਾਨੂੰ ਦੱਸ ਦਈਏ ਵੀ ਇਹ ਜਿਹੜੀਆਂ ਆਨਸਰ ਕੀ ਹੈ ਇਹ ਸਾਰੀਆਂ ਦੇਖੋ ਆਪਣੇ ਗਰੁੱਪ ਸਕੂਲ ਨਿਊਜ਼ ਹੈਗਾ ਉਹਦੇ ਵਿੱਚ ਆਪਾਂ ਸ਼ੇਅਰ ਕਰਤੀਆਂ ਨੇ। ਜਿਹੜੀ 6ਵੀਂ ਕਲਾਸ ਦੀ ਤੁਸੀਂ ਖੋਲੋਗੇ ਤਾਂ ਦੇਖੋ ਸਬਜੈਕਟ ਵਾਈਜ਼ ਇਸ ਤਰ੍ਹਾਂ ਜਿਹੜੀ ਆਨਸਰ ਕੀ ਆਈ ਹੋਈ ਹੈ। ਜਿੱਦਾਂ ਇਹਦਾ ਪੇਜ ਜਿਹੜਾ ਫਰੈਕਸ਼ਨ ਹੈਗਾ ਉਹ ਇਸ ਸਾਈਡ ਇਸ ਤਰ੍ਹਾਂ ਦਾ ਹੀ ਹੈ, ਜਿਵੇਂ 1 ਨੰਬਰ ਤੋਂ ਲੈ ਕੇ 15 ਨੰਬਰ ਤੱਕ ਪੰਜਾਬੀ, ਫਿਰ 16 ਨੰਬਰ ਤੋਂ ਲੈ ਕੇ 33 ਨੰਬਰ ਤੱਕ ਜਿਹੜਾ ਮੈਥ ਹੈ, ਉਸ ਤੋਂ ਬਾਅਦ 34 ਨੰਬਰ ਤੋਂ ਲੈ ਕੇ 42 ਨੰਬਰ ਤੱਕ ਸਾਇੰਸ ਹੈ, SST ਹੈ, ਅਤੇ ਇਹਦੇ ਅੱਗੇ ਜਿਹੜੇ ਉਹ ਦਿੱਤੇ ਹੋਏ ਹੈ ਜਿਹੜੇ ਆਪਣੇ ਆਨਸਰ ਜੋ ਜਿਹਦਾ ਆਨਸਰ ਹੈਗਾ। ਠੀਕ ਹੈ ਜੀ, ਇਹ ਜਿਹੜੀ ਹੈ 6ਵੀਂ ਕਲਾਸ ਦੀ ਹੈ। ਇਸੇ ਤਰ੍ਹਾਂ ਆਪਾਂ ਦੇਖਾਂਗੇ ਅੱਗੇ 7ਵੀਂ ਕਲਾਸ ਦੀ ਵੀ ਇਸੇ ਟਾਈਪ ਨਾਲ ਆਨਸਰ ਕੀ ਹੈ, ਜਿਹੜੀ 51 ਨੰਬਰ ਦਾ ਪੇਪਰ ਸੀਗਾ 6ਵੀਂ 7ਵੀਂ ਦਾ, ਅਤੇ ਉਸ ਤੋਂ ਅੱਗੇ 8ਵੀਂ ਦਾ ਵੀ ਜਿਹੜਾ ਪੇਪਰ ਆਪਾਂ ਕਹਿ ਸਕਦੇ ਹਾਂ, ਅਤੇ ਇਹ ਜਿਹੜਾ 1 ਇੰਗਲਿਸ਼ ਮੀਡੀਅਮ ਇਨ ਪੰਜਾਬੀ ਮੀਡੀਅਮ ਇਜ਼ ਨੋਟ ਰਾਈਟ। 8ਵੀਂ ਦੇ ਵਿੱਚ ਤੁਸੀਂ ਦੇਖੋਗੇ ਇੱਕ ਕੁਸ਼ਚਨ ਜਿਹੜਾ ਤੁਹਾਨੂੰ 32 ਨੰਬਰ ਦਿਖ ਰਿਹਾ ਇੱਥੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਇਨ ਇੰਗਲਿਸ਼ ਮੀਡੀਅਮ ਰਾਈਟ ਹੈ, ਅਤੇ ਪੰਜਾਬੀ ਮੀਡੀਅਮ ਦੇ ਵਿੱਚ ਉਹ ਰਾਈਟ ਨਹੀਂ ਹੈਗਾ ਮੈਥ ਦੇ ਵਿੱਚ। ਅਤੇ ਇਸੇ ਤਰ੍ਹਾਂ ਜਿਹੜਾ ਅੱਗੇ ਤੁਸੀਂ ਦੇਖ ਸਕਦੇ ਹੋ ਸਾਇੰਸ ਅਤੇ SST ਇਹਦੇ ਆਨਸਰ ਕੀ, ਇਹਦੇ ਵਿੱਚ ਜਿਹੜੇ 8ਵੀਂ ਕਲਾਸ ਦੇ ਵੀ 51 ਨੰਬਰ ਤੱਕ ਸੀਗੇ। ਉਸ ਤੋਂ ਬਾਅਦ ਆਪਾਂ 9ਵੀਂ ਦੀ ਗੱਲ ਕਰਾਂਗੇ, ਤਾਂ 9ਵੀਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਜਿਹੜੇ ਪਹਿਲੇ 20 ਕੁਸ਼ਚਨ ਪੰਜਾਬੀ ਦੇ, ਫਿਰ 20 ਕੁਸ਼ਚਨ ਮੈਥ ਦੇ, ਉਸੇ ਅਕੋਰਡਿੰਗ ਹੀ ਅੱਗੇ 20 ਕੁਸ਼ਚਨ ਸਾਇੰਸ ਦੇ, ਅਤੇ ਫਿਰ 20 ਕੁਸ਼ਚਨ SST ਦੇ। ਜਿਹੜੇ 9ਵੀਂ ਅਤੇ 10ਵੀਂ ਦੇ 80 ਨੰਬਰ ਦਾ ਪੇਪਰ ਸੀਗਾ, ਸਾਰੇ ਆਨਸਰ ਜਿਹੜੇ ਇਹਦੇ ਵਿੱਚ ਆ ਚੁੱਕੇ ਨੇ। ਇਸੇ ਤਰ੍ਹਾਂ ਹੀ ਜਿਹੜਾ 10ਵੀਂ ਦਾ ਹੈ ਅਤੇ 10ਵੀਂ ਦੇ ਵਿੱਚ ਜਿਹੜਾ ਹੋ ਚੁੱਕਿਆ। ਹੁਣ ਆਪਾਂ ਗੱਲ ਕਰਦੇ ਹਾਂ ਵੀ ਇਹਨਾਂ ਨੂੰ ਚੈੱਕ ਕਿੱਦਾਂ ਕਰਨਾ ਹੈ। ਇੱਥੋਂ ਤਾਂ ਆਪਾਂ ਆਨਸਰ ਦੇਖ ਕੇ ਅਤੇ ਟਿੱਕ ਲਾ ਕੇ ਜਾਂ ਕ੍ਰੋਸ ਲਾ ਕੇ ਚੈੱਕ ਨਹੀਂ ਕਰਨਾ ਹੈ, ਜੋ ਇੰਸਟਰਕਸ਼ਨ ਆਈਆਂ ਨੇ ਆਪਾਂ ਉਹ ਦਿਖਾ ਕੇ ਉਸ ਤੋਂ ਬਾਅਦ ਤੁਹਾਡੇ ਨਾਲ ਉਹ ਸਾਂਝੀ ਕਰਦੇ ਹਾਂ ਜਿਹੜੀ OMR ਸ਼ੀਟ ਹੈ। ਅਤੇ ਉਸ ਤੋਂ ਬਾਅਦ ਇੰਸਟਰਕਸ਼ਨ ਦੇਖਦੇ ਹਾਂ ਆਪਾਂ, ਜਿਹੜੀਆਂ ਇੰਸਟਰਕਸ਼ਨ 'ਤੇ ਵੀ ਇੱਕ ਵੀਡੀਓ ਬਣਾਈ ਹੋਈ ਸੀ, ਜਿਹੜੀਆਂ ਸਾਰੀਆਂ ਇੰਸਟਰਕਸ਼ਨ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿਹੜੀਆਂ ਫੋਲੋ ਕੀਤੀਆਂ ਜਾਣੀਆਂ ਨੇ ਉਹਨਾਂ ਦੇ ਵਿੱਚੋਂ ਹੀ ਹੈ ਜਿਹੜੀ ਇਹ ਪੂਰੀ ਆਪਾਂ ਵੀਡੀਓ ਇਹਨਾਂ ਇੰਸਟਰਕਸ਼ਨ 'ਤੇ ਬਣਾਈ ਹੋਈ ਹੈ। ਅਤੇ ਇਸ 'ਤੇ ਆਪਾਂ ਗੱਲ ਕਰਦੇ ਹਾਂ OMR ਸ਼ੀਟ ਸੰਬੰਧੀ।
ਇਹਦੇ ਵਿੱਚ ਦੇਖੋਗੇ ਤੁਸੀਂ OMR ਸ਼ੀਟ ਚੈੱਕ ਕਰਦੇ ਪੈੱਨ ਨਾਲ ਸਹੀ ਜਾਂ ਗਲਤ ਮਾਰਕ ਨਹੀਂ ਕਰਨਾ। ਮਤਲਬ ਤੁਸੀਂ OMR ਸ਼ੀਟ 'ਤੇ ਇਸ ਤਰ੍ਹਾਂ ਸਹੀ ਜਾਂ ਗਲਤ ਮਾਰਕ ਨਹੀਂ ਕਰਨਾ, ਇਸ ਤਰੀਕੇ ਨਾਲ OMR ਸ਼ੀਟ ਚੈੱਕ ਨਹੀਂ ਕੀਤੀ ਜਾਣੀ। ਫਿਰ ਕਰਨੀ ਕਿੱਦਾਂ ਹੈ, 7 ਨੰਬਰ ਪੁਆਇੰਟ ਆਪਾਂ ਉਹਦੇ ਦੇਖਦੇ ਹਾਂ। OMR ਸ਼ੀਟ ਚੈੱਕ ਕਰਦੇ ਹੋਏ ਖੱਬੇ ਪਾਸੇ ਪ੍ਰਸ਼ਨ ਨੰਬਰਾਂ ਦੇ ਅੱਗੇ ਸਹੀ ਉੱਤਰ 'ਤੇ 1 ਅਤੇ ਗਲਤ ਉੱਤਰ 'ਤੇ ਜਿਹੜਾ 0 ਲਿਖਿਆ ਜਾਣਾ। ਜੇਕਰ ਵਿਦਿਆਰਥੀ ਕਿਸੇ ਪ੍ਰਸ਼ਨ ਦਾ ਕੋਈ ਵੀ ਉੱਤਰ ਨਹੀਂ ਦਿੰਦਾ, ਭਾਵ OMR ਸ਼ੀਟ 'ਤੇ ਉੱਤਰ ਖਾਲੀ ਰਹਿ ਜਾਵੇ, ਤਾਂ ਉਸ ਦੀ ਗਿਣਤੀ ਗਲਤ ਵਜੋਂ ਹੋਵੇਗੀ ਅਤੇ ਉਸਦਾ ਜਿਹੜਾ ਉੱਤਰ 0 ਭਰਿਆ ਜਾਵੇਗਾ। ਉਸ ਤੋਂ ਬਾਅਦ ਇਹ ਇੰਸਟਰਕਸ਼ਨ ਆ ਜਿਹੜੀਆਂ ਅੱਗੇ, ਅਤੇ ਉਸ ਤੋਂ ਬਾਅਦ OMR ਸ਼ੀਟ ਦਾ ਰਿਕਾਰਡ ਜਿਹੜਾ ਐਕਸਲ ਸ਼ੀਟ ਰਿਜ਼ਲਟ ਦਾ ਰਿਕਾਰਡ ਜਿਹੜਾ ਸਕੂਲ ਪੱਧਰ 'ਤੇ ਸਾਂਭ ਲਿਆ ਜਾਵੇ। ਐਕਸਲ ਸ਼ੀਟ ਉਦੋਂ ਆਏਗੀ ਜਦੋਂ OMR ਸ਼ੀਟ ਦਾ ਡਾਟਾ ਆਪਾਂ ਔਨਲਾਈਨ ਜੋ ਵੀ ਲਿੰਕ ਆਉਂਦਾ ਹੈ ਗੂਗਲ ਸ਼ੀਟ, ਜੋ ਵੀ ਪ੍ਰੋਸੈਸ ਆਏਗਾ ਉਹ ਆਉਣ ਤੋਂ ਬਾਅਦ ਉਹ ਵੀ ਆਪਾਂ ਸਾਂਝਾ ਕਰਾਂਗੇ ਕਿੱਦਾਂ ਭਰਨੀ ਆ, ਅਤੇ ਉਸ ਤੋਂ ਬਾਅਦ ਜਿਹੜਾ ਉਸ ਨੂੰ ਵੀ ਸੇਵ ਕਰਕੇ ਰੱਖਿਆ ਜਾਣਾ ਅਤੇ OMR ਸ਼ੀਟ ਨੂੰ ਵੀ ਜਿਹੜਾ ਸੰਭਾਲ ਕੇ ਰੱਖਿਆ ਜਾਣਾ ਚੈੱਕ ਕਰਨ ਤੋਂ ਬਾਅਦ। ਅਤੇ ਇਸ ਦੇ ਨਾਲ ਜੋ ਕੈਂਡੀਡੇਟ ਲੰਬੇ, ਜੋ ਸਟੂਡੈਂਟ ਕਾਫੀ ਲੰਬੇ ਸਮੇਂ ਤੋਂ ਐਬਸੈਂਟ ਹੈ, ਉਹਦਾ ਪੇਪਰ ਨਹੀਂ ਲਿਆ ਗਿਆ, ਉਸਦਾ ਵੀ ਜਿਹੜਾ ਡਾਟਾ 0 ਭਰਿਆ ਜਾਣਾ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਇੱਕ OMR ਸ਼ੀਟ ਦਾ, ਤੁਹਾਨੂੰ ਸੈਂਪਲ ਦਿਖਾ ਕੇ। ਇਹ OMR ਸ਼ੀਟ ਹੈ ਜਿਹੜੀ ਆਪਾਂ ਇੱਕ ਸੈਂਪਲ ਦੇ ਤੌਰ 'ਤੇ ਫੋਟੋ ਕਾਪੀ ਕਰਕੇ ਅਤੇ ਬਸ ਥੋੜ੍ਹਾ ਜਿਹਾ ਬੱਚਿਆਂ ਨੂੰ ਸੈਂਪਲ ਦਿਖਾਉਣ ਵਾਸਤੇ ਉਹਨਾਂ ਨੂੰ ਭਰ ਕੇ ਦਿਖਾਈ ਸੀ ਇੱਕ ਸੈਂਪਲ ਤੌਰ 'ਤੇ। ਅਤੇ ਇਸ ਤਰ੍ਹਾਂ ਹੀ ਸਾਰਿਆਂ ਦੀ ਜਿਹੜੀ OMR ਸ਼ੀਟ ਹੋਏਗੀ, ਜਿੱਦਾਂ ਇਹ ਮੰਨ ਲਓ ਪ੍ਰਾਇਮਰੀ ਦੀ ਹੈ, ਇਹਦੇ 45 ਕੁਸ਼ਚਨ ਹੈ, ਜੋ 8ਵੀਂ ਤੱਕ ਦੀ ਆਉਂਦੇ 51 ਕੁਸ਼ਚਨ ਹੋਣਗੇ, ਜੋ 10th ਤੱਕ ਦੀ ਆਉਂਦੇ ਇੱਥੇ 80 ਕੁਸ਼ਚਨ ਹੋਣਗੇ। ਬਾਕੀ ਜੋ OMR ਸ਼ੀਟ ਦੀ ਸ਼ੇਪ ਆਈ ਹੋਏਗੀ, ਚੈੱਕ ਕਰਨ ਦਾ ਤਰੀਕਾ ਆਪਾਂ ਦੱਸਣਾ ਹੈ। ਜੋ ਵੀ ਕੁਸ਼ਚਨ ਨੰਬਰ ਹੈ, ਕੁਸ਼ਚਨ ਨੰਬਰ ਦੇ ਅੱਗੇ ਮੰਨ ਲਓ ਪਹਿਲੇ ਦਾ 3 ਆਂਸਰ ਹੈ, ਇਹ ਸਹੀ ਹੈ, ਅਤੇ ਇਹਦੇ ਅੱਗੇ ਆਪਾਂ ਇੱਥੇ 1 ਲਿਖ ਲੈਣਾ। ਜੇ ਦੂਸਰੇ ਦਾ 2 ਨਹੀਂ, ਆਂਸਰ 3 ਹੈ, ਮਤਲਬ ਗਲਤ ਹੋ ਗਿਆ, ਇਹਦੇ ਸਾਹਮਣੇ ਆਪਾਂ 0 ਲਿਖ ਦਿਆਂਗੇ। ਇਸ ਤਰ੍ਹਾਂ ਜੋ ਸਹੀ ਹੈ ਉਸਦੇ ਅੱਗੇ 1 ਅਤੇ ਜੋ ਗਲਤ ਹੈ ਉਸਦੇ ਅੱਗੇ 0 ਲਾਈ ਜਾਵਾਂਗੇ। ਜਿੱਦਾਂ ਆਹ ਫਿਲ ਨਹੀਂ ਕੀਤਾ ਹੋਇਆ, ਇਹ ਗਲਤ ਮੰਨਿਆ ਜਾਏਗਾ, ਅਤੇ ਇਹਦੇ ਸਾਹਮਣੇ 0 ਲਾਵਾਂਗੇ। ਇਸ ਤਰ੍ਹਾਂ ਜਿਹੜੇ ਸਾਰੇ ਨੰਬਰ ਫਿਰ 1-1 ਨੂੰ ਜਿਹੜੇ ਹੋਣਗੇ ਉਹ ਕਾਊਂਟ ਕਰ ਲਏ ਜਾਣਗੇ, ਜਿਹੜੇ 0 ਹੋਣਗੇ ਉਹਨਾਂ ਨੂੰ ਕਾਊਂਟ ਨਹੀਂ ਕੀਤਾ ਜਾਏਗਾ। ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈ, ਦੇਰ ਇਜ਼ ਨੋ ਨੈਗੇਟਿਵ ਮਾਰਕਿੰਗ, ਆਲ ਕੁਸ਼ਚਨ ਆਰ ਕੰਪਲਸਰੀ, ਸਾਰੇ ਕੁਸ਼ਚਨ ਜਿਹੜੇ ਕੰਪਲਸਰੀ ਹੈ, ਜੋ ਵੀ ਟੋਟਲ ਹੋਏਗਾ ਟੋਟਲ ਨੰਬਰ ਆਊਟ ਆਫ 'ਚੋਂ ਇੱਥੇ ਜਿਹੜੇ ਆਪਣੇ ਲਿਖ ਲਏ ਜਾਣਗੇ। ਠੀਕ ਹੈ ਜੀ, ਜੋ ਵੀ ਮੰਨ ਲਓ ਬੱਚੇ ਨੇ 50 ਨੰਬਰ ਕੀਤੇ, 80-ਆਂ 'ਚੋਂ 50 ਇੱਦਾਂ ਕਰਕੇ ਲਿਖ ਲਏ ਜਾਣਗੇ। ਇੱਥੇ ਕੋਈ ਕੋਲਮ ਅਲੱਗ ਅਲੱਗ ਸਬਜੈਕਟ ਵਾਈਜ਼ ਫਿਲ ਕਰਨ ਦਾ ਨਹੀਂ ਹੈਗਾ, ਇੱਥੇ ਤੁਸੀਂ ਟੋਟਲ ਮਾਰਕ ਹੀ ਰੱਖ ਸਕਦੇ ਹੋ, ਜਾਂ ਤੁਸੀਂ ਸੈਕਸ਼ਨ ਵਾਈਜ਼ ਆਪਣੇ ਕੋਲ ਡਿਟੇਲ ਭਰ ਕੇ ਰੱਖਣਾ ਚਾਹੁੰਦੇ ਹੋ ਤਾਂ ਰੱਖ ਸਕਦੇ ਹੋ, ਕਿਉਂਕਿ ਜਦੋਂ ਸ਼ੀਟਸ ਭਰੀਆਂ ਜਾਣੀਆਂ ਨੇ ਉੱਥੇ ਕੀ ਪਤਾ ਸੈਕਸ਼ਨ ਵਾਈਜ਼ ਨੰਬਰ ਮੰਗੇ ਜਾਣ, ਤਾਂ ਫਿਰ ਤੁਹਾਨੂੰ ਆਸਾਨੀ ਰਹੇਗੀ। ਇਸ ਕਰਕੇ ਤੁਸੀਂ ਆਪਣੇ ਕੋਲ ਇੱਕ ਰਫ ਪੇਜ਼ ਲੈ ਕੇ ਉਹਦੇ 'ਤੇ ਬੱਚੇ ਦਾ ਜਿਹੜਾ ਤੁਸੀਂ ਕੋਲਮ ਹੋ ਗਏ, ਮੰਨ ਲਓ ਇੱਥੇ ਬੱਚੇ ਦਾ ਸਟੂਡੈਂਟ ID, ਇੱਥੇ ਨਾਮ, ਅਤੇ ਇੱਥੇ ਰਫ ਕੋਲਮ ਜਿਹੜੇ ਉਹਦੇ ਤੁਸੀਂ ਬਣਾ ਸਕਦੇ ਹੋ। ਜਿੱਦਾਂ ਪੰਜਾਬੀ, ਮੈਥ, SST, ਸਾਇੰਸ, 4 ਕੋਲਮ ਬਣ ਗਏ, ਤਾਂ ਉਹਦੇ ਫਿਰ ਇੱਥੇ ਨੰਬਰ ਕੋਲਮ ਵਾਈਜ਼ ਭਰ ਕੇ ਅਤੇ ਇੱਥੇ ਟੋਟਲ ਵੀ ਕਰ ਸਕਦੇ ਹੋ। ਜੇ ਕੱਲ੍ਹ ਨੂੰ ਐਕਸਲ ਸ਼ੀਟ ਦੇ ਵਿੱਚ ਉੱਦਾਂ ਦਾ ਆਉਂਦਾ ਹੈ ਤਾਂ ਉਹ ਫਿਰ ਤੁਹਾਨੂੰ ਭਰਨ ਦੇ ਵਿੱਚ ਆਸਾਨੀ ਰਹੇਗੀ। ਅਤੇ ਬਾਕੀ ਜੇ ਟੋਟਲ ਮਾਰਕ ਦੀ ਗੱਲ ਹੋਈ ਹੈ ਤਾਂ ਟੋਟਲ ਮਾਰਕ ਤੁਸੀਂ ਇੱਥੇ ਕਾਊਂਟ ਕਰਕੇ ਉੱਪਰ ਜਿਹੜਾ ਇੱਥੇ ਲਿਖ ਸਕਦੇ ਹੋ। ਬਾਕੀ OMR ਸ਼ੀਟ 'ਤੇ ਜਿਹੜਾ ਤੁਸੀਂ ਸਾਹਮਣੇ ਇਸ ਤਰ੍ਹਾਂ ਜਿਵੇਂ ਮੰਨ ਲਓ ਸਹੀ ਆ ਤਾਂ ਸਹੀ ਦਾ, ਜਾਂ ਗਲਤ ਹੈ ਤਾਂ ਗਲਤ ਦਾ ਨਿਸ਼ਾਨ, ਇਸ ਤਰ੍ਹਾਂ ਕਰਕੇ ਚੈੱਕ ਨਹੀਂ ਕਰਨੀ ਹੈ। ਅਤੇ ਚੈੱਕ ਜੋ ਕੀਤੀ ਜਾਣੀ ਆ 1 ਨੰਬਰ 'ਤੇ 0 ਨੰਬਰ ਲਿਖ ਕੇ ਕੀਤੀ ਜਾਣੀ ਆ, 0 ਨੰਬਰ ਗਲਤ ਸਵਾਲ 'ਤੇ, 1 ਨੰਬਰ ਜਿਹੜਾ ਸਹੀ ਸਵਾਲ 'ਤੇ। ਇਹ ਜਿਹੜਾ OMR ਸ਼ੀਟ ਨੂੰ ਚੈੱਕ ਕਰਨ ਦਾ ਤਰੀਕਾ ਹੈ, ਜੋ ਇੰਸਟਰਕਸ਼ਨ DRC ਜਾਂ BRC ਵੱਲੋਂ ਜਿਹੜੀਆਂ ਸ਼ੇਅਰ ਕੀਤੀਆਂ ਗਈਆਂ ਨੇ। ਹਾਂਜੀ, ਇੰਨੀ ਜਾਣਕਾਰੀ ਸੀ ਸਾਰਿਆਂ ਨਾਲ ਆਪਾਂ ਸਾਂਝੀ ਕੀਤੀ। ਜਿਹੜਾ ਟੈਲੀਗ੍ਰਾਮ ਦਾ ਲਿੰਕ ਹੈ ਉਹ ਤੁਹਾਨੂੰ ਕਮੈਂਟ ਵਿੱਚ ਅਤੇ ਡਿਸਕ੍ਰਿਪਸ਼ਨ ਦੋਨਾਂ ਜਗ੍ਹਾ 'ਤੇ ਮਿਲ ਜੂਗਾ, ਉੱਥੋਂ ਜਾ ਕੇ ਟੈਲੀਗ੍ਰਾਮ ਜੁਆਇਨ ਕਰਕੇ ਤੁਸੀਂ ਜਿਹੜੀਆਂ ਆਨਸਰ ਕੀਜ਼ ਲੈ ਸਕਦੇ ਹੋ, ਨਹੀਂ ਤਾਂ ਤੁਹਾਡੇ ਤੱਕ ਸਕੂਲ ਮਾਧਿਅਮ ਰਾਹੀਂ ਪਹੁੰਚ ਵੀ ਗਈਆਂ ਹੋਣਗੀਆਂ। ਅਤੇ ਆਪਣਾ ਜਿਹੜਾ 1-2 ਦਿਨ ਦੇ ਵਿੱਚ ਜਿਹੜੀਆਂ ਜਿੰਨੇ ਵੀ ਪੇਪਰ ਹੈਗੇ ਆ ਉਹ ਟੀਚਰ ਸਾਹਿਬਾਨ ਚੈੱਕ ਕਰਕੇ
ਡਾਟਾ ਬਿਲਕੁਲ ਆਪਣੇ ਇੱਕ ਰਫ ਸ਼ੀਟ 'ਤੇ ਬਣਾ ਕੇ ਰੱਖ ਲੈਣ, ਕਿਉਂਕਿ ਜਦੋਂ ਵੀ ਸਾਈਟ ਓਪਨ ਹੋਏਗੀ ਨਾਲ ਦੀ ਨਾਲ ਜਿਹੜਾ 2-3 ਦਿਨ ਵਿੱਚ ਡਾਟਾ ਭਰਨ ਦੀ ਜਿਹੜੀ ਅਪੀਲ ਆਏਗੀ, ਕਿਉਂਕਿ ਉਸ ਤੋਂ ਬਾਅਦ 30 ਤਰੀਕ ਨੂੰ ਫਿਰ ਐਗਜ਼ਾਮ ਰੱਖਿਆ ਜਾਣਾ ਹੈ ਅਤੇ ਉਹਦੀਆਂ ਤਿਆਰੀਆਂ ਸ਼ੁਰੂ ਹੋ ਜਾਣੀਆਂ ਨੇ। ਇੰਨੀਆਂ ਹੀ ਬੇਨਤੀਆਂ ਦੇ ਨਾਲ ਧੰਨਵਾਦ, ਮਿਲਾਂਗੇ ਅਗਲੀ ਵੀਡੀਓ ਦੇ ਵਿੱਚ।